ਗੁਰਮੇਲ ਸਿੰਘ 26 ਜੁਲਾਈ ਹੁਣ ਮੇਰੀ ਉਮਰ ਹੈਗੀ ਆ ਸਮਥਿੰਗ 64 ਹੈ ਮੇਰੇ ਬੋਡੀ ਸ਼ੋਪ ਸੀ ਮੁਕਤਸਰ ਸਾਹਿਬ ਮੈਂ ਮੁਕਤਸਰ ਸਾਹਿਬ ਸੀ ਅਟੈਕ ਬਾਰੇ ਕਰਫਿਊ ਲੱਗ ਗਿਆ ਸੀ ਤਾਂ ਕਰਫਿਊ ਲੱਗਣ ਤੋਂ ਬਾਅਦ ਫਿਰ ਮਤਲਬ ਹਰ ਜਗ੍ਹਾ ਇਹਨਾਂ ਨੇ ਬਲੋਕਿੰਗ ਕਰਤੀ ਕਿਸੇ ਨਾਲ ਅਟੈਚਮੈਂਟ ਨਹੀਂ ਰਹਿਣ ਦਿੱਤੀ ਉਸ ਤੋਂ ਬਾਅਦ ਮੈਂ ਸਾਨੂੰ ਟੀ ਵੀ 'ਤੇ ਥੋੜ੍ਹਾ ਥੋੜ੍ਹਾ ਪਤਾ BBC 'ਤੇ ਪਤਾ ਲੱਗਣ ਲੱਗਿਆ ਵੀ ਦਰਬਾਰ ਸਾਹਿਬ 'ਤੇ ਅਟੈਕ ਹੋ ਗਿਆ ਅਤੇ ਉੱਥੇ ਤਾਂ ਜੋ ਦਰਬਾਰ ਸਾਹਿਬ ਦੇ ਵਿੱਚ ਹੋਇਆ ਵੀ ਜੋ 2.5 ਮਹੀਨੇ ਦੇ ਬੱਚੇ ਤੋਂ ਲੈ ਕੇ 12 ਸਾਲ ਦੇ ਬੱਚੇ ਤੱਕ ਉਹਨਾਂ ਨੂੰ ਫੜ ਫੜ ਕੇ ਪਾੜ ਪਾੜ ਕੇ ਕੰਧਾਂ ਨਾਲ ਮਾਰ ਮਾਰ ਕੇ ਮਾਰਿਆ ਗਿਆ ਅਤੇ ਜੋ ਆਪਣੀ ਜਰਨਲਿਸਟ ਸੀ ਜੰਗ ਉਹਨਾਂ ਨੂੰ ਫੜ ਫੜ ਕੇ ਜਿੱਥੇ ਵੀ ਕੋਈ ਮਿਲਦਾ ਸੀ ਉਹਨੂੰ ਫੜ ਕੇ ਚੱਕ ਕੇ ਲੈ ਜਾਂਦਾ ਸੀ ਪੁਲਿਸ ਮੁਕਾਬਲਾ ਬਣਾ ਦਿੰਦੇ ਸੀ ਅਸੀਂ ਤਾਂ ਖੁਦ ਲੋਕ ਕੇ ਟਾਈਮ ਕੱਢਿਆ ਮੈਂ ਖੁਦ ਇੱਕ ਸਾਲ ਜੇਲ੍ਹ 'ਚ ਰਿਹਾ ਫਿਰੋਜ਼ਪੁਰ ਅਤੇ ਜੋ ਮੇਰੇ ਨਾਲ ਮੈਂ ਬਿਲਕੁਲ ਕਦੇ ਵੀ ਕੋਈ ਵੀ ਕ੍ਰਿਮੀਨਲ ਕੇਸ ਨਹੀਂ ਕੀਤਾ ਪਰ ਮੇਰੇ ਉੱਤੇ ਹੈਂਡ ਗਰਨੇਡ ਪਾਏ ਗਏ ਹੈਂਡ ਗਰਨੇਡ ਪਾ ਕੇ ਫਿਰ ਮੈਂ 8-9 ਮਹੀਨੇ ਬਾਅਦ ਮੇਰੀ ਫਿਰੋਜ਼ਪੁਰ ਜੇਲ੍ਹ 'ਚੋਂ ਜ਼ਮਾਨਤ ਹੋਈ ਸੀ ਕੋਈ ਮੈਂ ਬਿਲਕੁਲ ਕਦੇ ਵੀ ਕੋਈ ਕ੍ਰਿਮੀਨਲ ਕੇਸ ਨਹੀਂ ਕਿਸੇ ਤਰ੍ਹਾਂ ਦੀ ਜੋ ਮੇਰੇ ਘਰ ਦੀ ਹਾਲਤ ਹੋਈ ਜੋ CI ਸਟਾਫ ਫਰੀਦਕੋਟ ਦੇ ਵਿੱਚ ਹੁੰਦਾ ਰਿਹਾ ਅਸੀਂ ਅੱਖੀਂ ਦੇਖਿਆ ਯੰਗ ਬੱਚੀਆਂ 18-20 ਸਾਲ ਦੀਆਂ ਉਹਨਾਂ ਦੇ ਪੇਰੈਂਟਸ ਦੇ ਸਾਹਮਣੇ ਅਲਫ ਨੰਗੀਆਂ ਕਰਕੇ ਉਹਨਾਂ ਨੂੰ ਟਾਰਚ ਕੀਤਾ ਗਿਆ ਅਸੀਂ ਖੁਦ ਦੇਖਿਆ ਮਤਲਬ ਵਰਨਣ ਨਹੀਂ ਕੀਤਾ ਜਾ ਸਕਦਾ ਜੋ ਸਾਡੇ ਨਾਲ ਹੋਇਆ ਸਾਡੇ ਕੌਮ ਨਾਲ ਪਰ ਸਾਨੂੰ ਮੁੱਲ ਕੁਛ ਨਹੀਂ ਉਹਦਾ ਮਿਲਿਆ ਨਾ ਬਿਲਕੁਲ ਨਹੀਂ ਸਾਡੇ ਪਹਿਲੇ ਕੱਖ ਵੀ ਨਹੀਂ ਹੈ ਹੁਣ ਬਾਬਾ ਸੋਲ ਸਿੰਘ ਨੇ ਮਰ ਜਾਣਾ ਪਰ ਮਿਲਣਾ ਸਾਨੂੰ ਫਿਰ ਵੀ ਕੁਛ ਨਹੀਂ ਹੈ ਕੋਈ ਮੂਮੈਂਟ ਇਹ ਜੀ ਚੱਲੇ ਪਬਲਿਕ ਲੋਕਾਂ ਨੂੰ ਨਾਲ ਲੈਣ ਦੀ ਲੋੜ ਹੈ ਅੱਗੇ ਮਾਰੇ ਸਿੱਖਾਂ ਤੇ ਖਾਧੇ ਅਸੀਂ ਲੋਕਾਂ ਨੂੰ ਦੱਸ ਨਹੀਂ ਸਕੇ ਵੀ ਖਾਲਿਸਤਾਨ ਕੀ ਚੀਜ਼ ਹੈ ਕਿਉਂ ਲੋੜ ਹੈ ਪਹਿਲਾਂ ਉਹਦੇ ਬਾਰੇ ਸਾਨੂੰ ਦੱਸਣਾ ਚ ਪੈਣਾ ਲੋਕਾਂ ਨੂੰ ਫਿਰ ਲੋਕ ਸਾਡੇ ਨਾਲ ਤੁਰਨਗੇ ਇੱਦਾਂ ਨਹੀਂ ਤੁਰਨੇ ਜਿਹਨੇ ਬਥੇਰੇ ਅੱਗੇ ਮਰ ਗਏ ਆ ਉਹ ਮਰ ਜਾਣਗੇ ਸ਼ਹੀਦ ਹੋ ਜਾਣਗੇ ਕੁਛ ਨਹੀਂ ਮਿਲਣਾ ਹੋਰ ਦੱਸੋ ਸੰਤ ਜਰਨੈਲ ਸਿੰਘ ਜੀ ਉੱਥੇ ਸੀ ਉਹਨਾਂ ਨੂੰ ਫੜਨ ਵਾਸਤੇ ਉਹਨਾਂ ਨੂੰ ਉੱਥੋਂ ਕੱਢਣ ਵਾਸਤੇ ਪਰ ਅਸੀਂ ਮੰਨ ਲੈਂਦੇ ਵੀ ਸੰਤ ਜਰਨੈਲ ਸਿੰਘ ਉੱਥੇ ਉਸ ਵੇਲੇ ਸੀਗੇ ਮੈਂ ਖੁਦ ਮਿਲਦਾ ਰਿਹਾ ਉਹਨਾਂ ਦੇ ਹਰ ਮੈਂ ਜਦੋਂ ਉਹਨਾਂ ਦੇ ਦੀਵਾਨ ਹੁੰਦੇ ਅਟੈਂਡ ਕਰਦਾ ਰਿਹਾ ਕੋਈ ਕੰਟਰਵਰਸੀ ਨਹੀਂ ਸੀ ਉਹਨਾਂ ਦੇ ਵਿੱਚ ਬਿਲਕੁਲ ਅਤੇ ਸਾਡੇ ਤਾਂ ਪੱਲੇ ਪਾ ਦਿੱਤੇ ਕਿ ਵੀ ਉਹ ਹਿੰਦੂ ਦੇ ਅੰਗੇਜ਼ ਸੀ ਜੋ ਮੁਸਲਮਾਨ ਕਿਸੇ ਦੇ ਅੰਗੇਜ਼ ਨਹੀਂ ਸੀ ਬਿਲਕੁਲ ਜਦੋਂ ਅਟੈਕ ਹੋਣ ਤੋਂ ਬਾਅਦ ਅਸੀਂ ਮੰਨਦੇ ਹਾਂ ਵੀ ਸੰਤ ਜਰਨੈਲ ਸਿੰਘ ਨੂੰ ਉਹਨਾਂ ਨੇ ਫੜਨਾ ਸੀ ਹੋਰ ਬੜੇ ਢੰਗ ਸੀ ਉਹਨਾਂ ਨੂੰ ਫੜਨ ਵਾਸਤੇ ਲਾਈਟ ਪਾਣੀ ਬੰਦ ਹੁੰਦਾ ਜੋ ਵੀ ਮਰਜ਼ੀ ਹੁੰਦਾ ਜਿੱਦਾਂ ਹਜ਼ਰਤ ਬਲ ਇਹਨਾਂ ਨੇ ਕਸ਼ਮੀਰ ਦੇ ਵਿੱਚ ਘੇਰ ਕੇ ਉਹਨਾਂ ਨੂੰ ਸਾਰਾ ਕੁਝ ਬੰਦ ਕਰਕੇ ਸਾਰਿਆਂ ਨੂੰ ਬਾਹਰ ਕੱਢ ਲਿਆ ਸੀ ਪਰ ਪੰਜਾਬ ਦੇ 38 ਗੁਰਦੁਆਰੇ ਸੀ ਉਹਨਾਂ ਦੇ ਸੰਤ ਜਰਨੈਲ ਸਿੰਘ ਥੋੜ੍ਹੀ ਸੀ ਮੁਕਤਸਰ 38 ਗੁਰਦੁਆਰਾ ਸਾਹਿਬ ਜਿਹਨਾਂ ਨੂੰ ਪੁਲਿਸ ਨੇ ਟਾਰਚ ਕੀਤਾ ਢਾਇਆ ਉੱਥੇ ਲੋਕ ਫੜ ਕੇ ਟਾਰਚ ਕੀਤੇ ਉੱਥੇ ਜਰਨੈਲ ਸਿੰਘ ਕਿੱਥੇ ਸੀ ਸ਼ਹਿਰਾਂ ਦੇ ਗੁਰਦੁਆਰੇ ਜਿਹੜੇ 38 ਇਤਿਹਾਸਕ ਗੁਰਦੁਆਰੇ ਸੀ 38 ਅਸੀਂ ਵੀ ਉੱਥੇ ਪਹੁੰਚਿਆ ਜਾਵੇ ਪਹੁੰਚ ਨਹੀਂ ਸਕਦੇ ਸੀ ਇਲੈਕਸ਼ਨ ਬੜਾ ਜ਼ਬਰਦਸਤ ਹੋਇਆ ਸਾਡੇ ਕੌਮ ਦੇ ਵਿੱਚ ਇੱਕਦਮ ਸਪੈਡ ਭਰ ਗਿਆ ਸੀ ਉਸ ਟਾਈਮ ਪਰ ਉੱਥੇ ਪਹੁੰਚਣ ਜੋਗਾ ਥਾਂ ਹੀ ਨਹੀਂ ਸੀ ਨਾ ਰਸਤਾ ਸੀ ਨਾ ਕੋਈ ਕਿਤਨੇ ਬੰਦਿਆਂ ਨੇ ਇੱਦਾਂ ਜਾਨਾਂ ਗਵਾ ਲਈ ਕਰਫਿਊ ਲੱਗਿਆ ਹੋਣ ਕਰਕੇ ਤੇ ਜਦੋਂ ਪਬਲਿਕ ਵਾਸਤੇ ਦਰਬਾਰ ਸਾਹਿਬ ਖੋਲ੍ਹਿਆ ਗਿਆ ਕਿ ਤੁਸੀਂ ਜਾ ਸਕਦੇ ਹੋ ਅਸੀਂ ਗਏ ਤੁਸੀਂ ਗਏ ਸੀ ਹਾਂਜੀ ਕਿੱਦਾਂ ਦਾ ਲੱਗਿਆ ਫਿਰ ਤੁਹਾਨੂੰ ਉੱਥੇ ਪਹੁੰਚ ਉੱਥੋਂ ਬਦਬੂ ਮਾਰ ਉਹ ਤਾਂ ਇਹਨਾਂ ਨੇ ਕਲੀਨ ਕਰਤਾ ਇਹ ਜਦੋਂ ਪਰ ਫਿਰ ਵੀ ਬਦਬੂ ਮਾਰ ਰਹੇ ਸੀ ਬਹੁਤ ਜ਼ਿਆਦਾ ਅੱਛਾ ਜੀ ਹਾਂਜੀ ਤੁਸੀਂ ਜਦੋਂ ਨਵੰਬਰ ਵਿੱਚ ਇੰਦਰਾ ਗਾਂਧੀ ਨੂੰ ਮਾਰ ਦਿੱਤਾ ਗਿਆ ਉਸ ਤੋਂ ਬਾਅਦ ਫਿਰ ਦੰਗੇ ਹੋਏ ਸੀਗੇ ਹਾਂਜੀ ਉਦੋਂ ਕਿੱਥੇ ਸੀਗੇ ਤੁਸੀਂ ਉਦੋਂ ਇੰਡੀਆ ਸੀ ਉਹਦਾ ਫਵਾਜ ਖਬਰਾਂ ਦੇ ਵਿੱਚ ਪਰ ਬਹੁਤ ਘੱਟ ਖਬਰ ਦਿੱਤੀ ਇਹਨਾਂ ਵੀ ਜਿਹਨੇ ਦਿੱਲੀ ਦੇ ਵਿੱਚ ਦੰਗੇ ਸਿੱਖਾਂ ਨੂੰ ਮਾਰ ਰਹੇ ਟ੍ਰੇਨਾਂ ਰੋਕ ਰੋਕ ਕੇ ਮਾਰ ਰਹੇ ਇੱਦਾਂ ਮਤਲਬ ਬਹੁਤ ਘੱਟ ਖਬਰ ਪਹੁੰਚ ਰਹੀ ਸੀ ਪੰਜਾਬ ਦੇ ਵਿੱਚ ਉਸ ਵੇਲੇ ਤਾਂ ਅਸੀਂ ਕਰ ਹੀ ਨਹੀਂ ਕੁਛ ਸਕਦੇ ਸੀ ਸਾਨੂੰ ਸਾਡੇ ਸਾਹਮਣੇ ਗੋਲੀ ਦਿਸ ਰਹੀ ਸੀ ਮੇਰੇ ਨਾਲ ਖੁਦ ਨੇ ਹਾਂ ਜੀ ਮੈਨੂੰ ਮੈਂ ਚੇਅਰਮੈਨ ਕੱਢੇ ਸੀ ਸਟਾਫ ਦੇ ਵਿੱਚ ਮੈਨੂੰ ਘਰੋਂ ਚੱਕ ਲਿਆ ਸੀ ਜਦੋਂ ਜੀ ਕਰਦਾ ਸੀ ਚੱਕ ਲੈਂਦੇ ਸੀ ਘਰੋਂ ਹਾਲਾਂਕਿ ਮੈਂ ਆਪ ਜੀ ਨੂੰ ਪਹਿਲਾਂ ਦੱਸਿਆ ਮੇਰਾ ਤਾਂ ਕੋਈ ਕਿਵੇਂ ਵਾਲਾ ਕੰਮ ਨਾ ਮੈਂ ਗਲਤ ਕੰਮ ਜ਼ਿੰਦਗੀ ਲਾਈਫ 'ਚ ਕੀਤਾ ਹੀ ਨਹੀਂ ਹੈ
ਮੇਰੇ ਕੋਲ ਤਾਂ ਇੱਕ ਸਕੂਲ ਵੈਨ ਸੀ, ਮੈਂ ਬੱਚੇ ਛੱਡ ਕੇ ਆ ਰਿਹਾ ਸੀ। ਡਰਾਈਵਰ ਮੇਰਾ ਛੁੱਟੀ ਗਿਆ ਸੀ, ਉਹ ਕਹਿੰਦਾ ਤੁਸੀਂ ਬੱਚੇ ਸ਼ਾਮ ਨੂੰ ਛੱਡਿਓ। ਮੈਂ ਛੱਡ ਕੇ ਆ ਰਿਹਾ, ਰਸਤੇ 'ਚ ਨਾਕਾ ਲੱਗਿਆ, ਮੈਨੂੰ ਚੱਕ ਲਿਆ ਉਹਨੇ ਰਸਤੇ 'ਚ। ਮੇਰੇ ਵਾਈਫ ਬੱਚਿਆਂ ਨੂੰ ਕਿਸੇ ਨੂੰ ਪਤਾ ਨਹੀਂ ਵੀ ਕਿੱਥੇ ਆ ਕਿੱਥੇ ਨਹੀਂ। ਟਾਰਚ ਕਰਕੇ ਮੇਰੀਆਂ ਲੱਤਾਂ ਬਾਹਾਂ ਭੰਨਤੀਆਂ ਸੀ 5 ਮਿੰਟ ਮੇਰੇ ਇਕੱਲੇ ਨਾਲ ਨਹੀਂ ਉੱਥੇ, ਤੁਸੀਂ ਕਿਤੇ ਹਰ ਘਰ ਦੇ ਵਿੱਚ ਪੰਜਾਬ ਦੇ ਵਿੱਚ ਇਹ ਘਟਨਾ ਵਾਪਰੀ ਹੈ। ਸ਼ਾਇਦ ਕੋਈ ਬਚਿਆ ਹੋਵੇ ਤਾਂ ਮੈਂ ਕਹਿ ਨਹੀਂ ਸਕਦਾ। ਇੱਕ ਸਾਲ ਮੈਂ ਜਿਹੜਾ ਜਮਾਨਤ ਹੋਈ, ਜਦੋਂ ਕਿਤੇ ਆਸੇ ਪਾਸੇ ਕੋਈ ਕਾਂਡ ਹੋ ਜਾਣਾ ਉਹਦੇ ਮੈਨੂੰ ਚੱਕ ਲੈਂਦੇ ਸੀ, ਫਿਰ ਮੈਂ ਉੱਥੋਂ ਨਿਕਲਿਆ, ਤਾਂ ਕੰਟਰੀ ਛੱਡੀ ਹੈ। ਕਿਤੇ ਵੀ ਘਟਨਾ ਵਾਪਰ ਜਾਣੀ, ਜਦੋਂ ਮੈਨੂੰ ਬੱਚੇ ਛੱਡਣ ਤੋਂ ਬਾਅਦ ਇਹਨਾਂ ਨੇ ਚੱਕਿਆ, ਮੇਰੇ ਮਗਰ ਪਤਾ ਨੇ ਕਿੰਨੇ ਲੋਕ ਗਏ ਵੀ ਇਹ ਬੰਦਾ ਇੱਦਾਂ ਦਾ ਨਹੀਂ ਹੈ, ਅਸੀਂ ਇਹਦੀ ਗਰੰਟੀ ਦਿੰਦੇ ਹਾਂ। ਪਰ ਉਹ ਕਹਿੰਦੇ ਉਹ ਹਾਲਾਂਕਿ ਮੈਂ ਚੱਲਣ ਜੋਗਾ ਨਹੀਂ ਸੀ, ਨਾ ਮੈਂ ਬੋਲਣ ਜੋਗਾ, ਮੈਂ ਬੇਹੋਸ਼ ਸੀ। ਉਹ ਤਾਂ ਮੈਨੂੰ ਬਾਅਦ 'ਚ ਮੇਰੇ ਬੱਚਿਆਂ ਨੇ ਮੈਨੂੰ ਦੱਸਿਆ ਵੀ ਇੰਨੇ ਪਬਲਿਕ ਤੁਹਾਡੇ ਮਗਰ ਗਏ। ਉਹ ਕਹਿੰਦੇ ਸੀ ਇਸ ਕੋਲ ਤਾਂ ਇੰਨੇ AK-47 ਫੜੇ ਆ, ਹੈਂਡ ਗ੍ਰੈਨੇਡ ਫੜੇ ਆ, ਇਹ ਫੜਿਆ। ਹਾਲਾਂਕਿ ਸਕੂਲ ਵੈਨ ਸੀ, ਬੱਚੇ ਛੱਡ ਕੇ ਬਾਅਦ ਕੋਈ ਮੇਰੇ ਕਦੇ ਵੀ ਮੈਂ ਇਸ ਪਾਸੇ ਕਦੇ ਸੋਚਿਆ ਨਹੀਂ ਸੀ। ਹਾਂ, ਇੱਕ ਦਰਦ ਜ਼ਰੂਰ ਸੀ ਵੀ ਸਾਡੇ ਨਾਲ ਧੱਕਾ ਹੋ ਰਿਹਾ, ਬਸ ਇੰਨੇ ਕੰਮ ਸੀ। ਉੱਦਾਂ ਹੁਣ ਮੈਂ ਵੈਸੇ ਇੱਕ ਪ੍ਰਚਾਰਕ ਦੇ ਤੌਰ 'ਤੇ ਕਰਦੇ ਹਾਂ, ਕਿਤੇ ਨਾ ਕਿਤੇ ਜਦੋਂ ਵੀ ਬੋਲਦੇ ਹਾਂ ਸਟੇਜ 'ਤੇ ਕਰੀ ਤੇ ਵੀ ਆਹ ਕੁਛ ਹੋਇਆ ਸਾਡੇ ਨਾਲ। ਕੋਈ ਤੁਹਾਨੂੰ ਤੁਹਾਡੇ ਸੁਪਨਿਆਂ ਵਿੱਚ ਇੰਨਾ ਕੁਛ ਆਇਆ ਜਾਂ ਫਿਰ 84 ਬਾਰੇ ਆਉਂਦਾ ਰਹਿੰਦਾ ਜੀ? ਉਹ ਤਾਂ ਘੁੰਮਦਾ ਰਹਿੰਦਾ, ਹਰ ਵੇਲੇ ਸਕਰੀਨ ਘੁੰਮਦੀ ਹੈ ਸਾਡੇ। ਚੇਂਜ ਪਹਿਲਾਂ ਹੀ ਅਸੀਂ ਠੀਕ ਸੀ ਅਤੇ ਹੁਣ ਤਾਂ ਉਦੋਂ ਵੀ ਠੀਕ ਆ, ਹੁਣ ਗੱਲ ਹੀ ਨਹੀਂ ਕਰਦੇ ਅਸੀਂ, ਇੰਨਾ ਗਿਟਾਰ 'ਚ ਹੋ ਚੁੱਕੇ ਹਾਂ। ਇਹ ਮਿਲਣੇ ਨਹੀਂ, ਇਸੇ ਕੌਮ ਭੁੱਲ ਜੇ ਜਿੰਨਾ ਚਿਰ ਇੱਕ ਨਿਸ਼ਾਨ ਥੱਲੇ, ਇੱਕ ਵਿਧਾਨ ਥੱਲੇ, ਗੁਰੂ ਗ੍ਰੰਥ ਸਾਹਿਬ ਦੇ ਸੋਚ ਦੇ ਵਿਚਾਰਧਾਰਾ ਦੇ ਥੱਲੇ ਨੇ, ਉਹਦੇ ਕੁਛ ਵੀ ਨਹੀਂ ਬਣਨਾ। ਬਿਲਕੁਲ ਇਹ ਕੌਮ ਭੁੱਲ ਜਾਵੇ, ਜਿੰਨਾ ਮਰਜ਼ੀ ਇੱਥੇ ਭੁੱਖ ਹੜਤਾਲਾਂ ਕਰ ਲਓ, ਜਿੰਨੇ ਮਰਜ਼ੀ ਟ੍ਰੈਫਿਕ ਜਾਮ ਕਰ ਲਓ, ਬਿਲਕੁਲ ਇਸ ਕੌਮ ਦੇ ਪੱਲੇ ਪੈਣ ਵਾਲਾ ਨਹੀਂ ਹੈ। ਜਿੰਨੇ ਚਿਰ ਵਿਧੀ ਵਿਧਾਨ ਹੋਣਾ ਚਾਹੀਦਾ ਉਹਦੇ ਥੱਲੇ ਨਹੀਂ, ਇੱਕ ਮਿਸ਼ਨ ਦੇ ਥੱਲੇ ਹੁੰਦੇ, ਨਹੀਂ ਕੁਛ ਬਣਨਾ। ਸੂਰਤ ਸਿੰਘ ਮਰ ਜਾਏਗਾ, ਹੋਰ ਲੈਣ ਲੱਗ ਜਾਣੀ, ਪਰ ਫਾਇਦਾ ਨਹੀਂ ਹੈ। ਅੱਗੇ 4 ਲੱਖ ਸਿੱਖ ਸ਼ਹੀਦ ਹੋ ਗਿਆ, ਉਹ ਕਿੱਥੇ ਮਿਲਿਆ? ਕੁਛ ਨਹੀਂ ਮਿਲਿਆ, ਨਾ ਮਿਲਣਾ। ਅਸੀਂ ਉਹਨਾਂ ਨੂੰ ਸੋਚਣਾ ਚਾਹੁੰਦੇ ਹਾਂ ਵੀ ਵਿਧਾਨ ਅਪਣਾਓ, ਕੌਮ ਦੇ ਨਾਲ ਜਦੋਂ ਵੀ ਆਪਣੇ ਸਲਿਊਸ਼ਨ ਆਪਣਾ ਸੁਝਾਅ ਦਿਓ ਵੀ ਇਸ ਤਰ੍ਹਾਂ ਨੁਕਸਾਨ ਹੋ ਸਕਦਾ। ਕੋਈ ਚੰਗਾ ਸੁਝਾਅ ਬੱਚੇ ਜਿਹੜੇ ਉੱਠੇ, ਜਿਨ੍ਹਾਂ ਦੀ ਸਾਨੂੰ ਬਹੁਤ ਖੁਸ਼ੀ ਹੈ, ਤੁਹਾਡੇ ਅੰਦਰ ਦਰਦ ਭਰ ਰਿਹਾ, ਤੁਸੀਂ ਦੇਖ ਰਹੇ ਹੋ ਇੰਟਰਨੈਟ ਮੀਡੀਆ ਦੇ ਤਾਂ, ਤੁਸੀਂ ਅੱਗੇ ਲਾ ਕੇ ਸਭ ਕੁਝ ਜਿੱਦਾਂ ਪਬਲਿਕ ਦੇ ਵਿੱਚ, ਤੁਸੀਂ ਇਹਨਾਂ ਲੋਕਾਂ ਦੇ ਵਿੱਚ ਜਿਨ੍ਹਾਂ ਦੇ ਵਿੱਚ ਅਸੀਂ ਰਹਿੰਦੇ, ਇਹਨਾਂ ਨੂੰ ਦੱਸੋ ਵੀ ਸਾਡੇ ਨਾਲ ਆਹ ਕੁਛ ਹੋਇਆ, ਸਾਨੂੰ ਕੁਛ ਨਹੀਂ ਮਿਲਿਆ। ਠੀਕ ਹੈ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਥੈਂਕ ਯੂ।